ਹੈਲੋ एवरीवन ਤੁਹਾਡੇ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਇਟਸ ਜੀਕੇ ਗੁਰੂ ਜੀ ਤੇ ਦੋਸਤੋ ਅੱਜ ਦੀ ਵੀਡੀਓ ਚ ਆਪਾਂ ਪੰਜਾਬ ਜੀਕੇ ਦੇ অতি ਮਹੱਤਵਪੂਰਨ ਪ੍ਰਸ਼ਨ ਕਵਰ ਕਰਾਂਗੇ ਜਿਨ੍ਹਾਂ ਦੇ ਤੁਹਾਡੇ ਐਗਜ਼ਾਮ ਵਿੱਚ ਆਉਣ ਦੇ 100% ਚਾਂਸ ਨੇ ਸਟਾਰਟ ਕਰਦੇ ਹਾਂ ਜੀ ਫਰਸਟ ਕੁਸ਼ਨ ਤੋਂ ਫਰਸਟ ਕੁਸ਼ਨ ਆਪਣਾ ਦਿੱਤਾ ਹੋਇਆ ਹੈ ਪੰਜਾਬ ਦੀ ਸਥਾਪਨਾ ਕਦੋਂ ਹੋਈ ਹਾਂਜੀ ਤੁਹਾਨੂੰ ਹਰੇਕ ਕੁਸ਼ਨ ਲਈ 5 ਸੈਕਿੰਡ ਦਾ ਸਮਾਂ ਮਿਲੇਗਾ ਹਾਂਜੀ ਜੇਕਰ ਤੁਸੀਂ ਇਸ ਕੁਐਸਚਨ ਦਾ ਆਪਸ਼ਨ ਨੰਬਰ ਏ ਚੁਣਦੇ ਹੋ 1 ਨਵੰਬਰ 1966 ਤਾਂ ਤੁਹਾਡਾ ਆਨਸਰ ਕਰੈਕਟ ਹੋ ਜਾਵੇਗਾ ਹਾਂਜੀ ਪੰਜਾਬ ਦੀ ਸਥਾਪਨਾ ਕਦੋਂ ਹੋਈ ਸੀ 1 ਨਵੰਬਰ 1966 ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਆਪਣਾ ਨੈਕਸਟ ਕੁਐਸਚਨ ਹੈਗਾ ਪੰਜਾਬ ਰਾਜ ਵਿੱਚ ਕਿਹੜੀਆਂ ਦੋ ਨਦੀਆਂ ਵਗਦੀਆਂ ਹਨ ਤੁਹਾਡੇ ਕੋਲ 5 ਸੈਕਿੰਡ ਦਾ ਸਮਾਂ ਹੈਗਾ ਜੀ ਇਸ ਕੁਐਸਚਨ ਨੂੰ ਸੋਲਵ ਕਰਨ ਦੇ ਲਈ ਹਾਂਜੀ ਜਿੰਨਾ ਸਾਥੀਆਂ ਨੇ ਇਸ ਕੁਐਸਚਨ ਦਾ ਆਪਸ਼ਨ ਨੰਬਰ ਬੀ ਚੁਣਿਆ ਜੀ ਸਤਲੁਜ ਤੇ ਬਿਆਸ ਉਹਨਾਂ ਦਾ ਆਨਸਰ ਕਰੈਕਟ ਹੋ ਜਾਵੇਗਾ ਹਾਂਜੀ ਪੰਜਾਬ ਰਾਜ ਵਿੱਚ ਕਿਹੜੀਆਂ ਦੋ ਨਦੀਆਂ ਵਗਦੀਆਂ ਹਨ ਸਤਲੁਜ ਤੇ ਬਿਆਸ ਚਲਦੇ ਹਾਂ ਨੈਕਸਟ ਕੁਐਸਚਨ ਵੱਲ ਕੁਐਸਚਨ ਨੰਬਰ 3 ਦਿੱਤਾ ਹੋਇਆ ਜੀ ਪੰਜਾਬ ਰਾਜ ਭਾਰਤ ਦੇ ਕਿਹੜੇ ਹਿੱਸੇ ਵਿੱਚ ਸਥਿਤ ਹੈ ਤੁਹਾਡੇ ਕੋਲ 5 ਸੈਕਿੰਡ ਨੇ ਜੀ ਹਾਂਜੀ ਜਿੰਨਾ ਸਾਥੀਆਂ ਨੇ ਇਸ ਕੁਐਸਚਨ ਦਾ ਆਪਸ਼ਨ ਨੰਬਰ ਸੀ ਚੁਣਿਆ ਹੈ ਉੱਤਰ ਪੱਛਮ ਉਹਨਾਂ ਦਾ ਆਨਸਰ ਕਰੈਕਟ ਹੋ ਜਾਵੇਗਾ ਹਾਂਜੀ ਪੰਜਾਬ ਰਾਜ ਭਾਰਤ ਦੇ ਉੱਤਰ ਪੱਛਮ ਹਿੱਸੇ ਵਿੱਚ ਸਥਿਤ ਹੈਗਾ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਕੁਐਸਚਨ ਨੰਬਰ 4 ਦਿੱਤਾ ਹੋਇਆ ਜੀ ਪੰਜਾਬ ਦੇ ਪੱਛਮੀ ਪਾਸੇ ਕਿਸ ਦੇਸ਼ ਦੀ ਸੀਮਾ ਲੱਗਦੀ ਹੈ ਇਹ ਕੁਐਸਚਨ ਵੈਰੀ ਇੰਪੋਰਟੈਂਟ ਹੈਗਾ ਹਾਂਜੀ ਤੁਹਾਡੇ ਕੋਲ 5 ਸੈਕਿੰਡ ਦਾ ਸਮਾਂ ਹੈਗਾ ਇਸ ਕੁਐਸਚਨ ਨੂੰ ਸੋਲਵ ਕਰਨ ਦੇ ਲਈ ਹਾਂਜੀ ਜਿੰਨਾ ਸਾਥੀਆਂ ਨੇ ਇਸ ਕੁਐਸਚਨ ਦਾ ਆਪਸ਼ਨ ਨੰਬਰ B ਚੁਣਿਆ ਹੈ ਪਾਕਿਸਤਾਨ ਉਹਨਾਂ ਦਾ ਆਨਸਰ ਕਰੈਕਟ ਹੋ ਜਾਵੇਗਾ ਹਾਂਜੀ ਪੰਜਾਬ ਦੇ ਪੱਛਮੀ ਪਾਸੇ ਵਿੱਚ ਪਾਕਿਸਤਾਨ ਦੇਸ਼ ਦੀ ਸੀਮਾ ਲੱਗਦੀ ਹੈ ਹਾਂਜੀ ਫਰੈਂਡ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਜਿਆਦਾ ਤੋਂ ਜਿਆਦਾ ਆਪਣੇ ਸਾਥੀਆਂ ਦੇ ਨਾਲ ਵੀਡੀਓ ਨੂੰ ਸ਼ੇਅਰ ਕਰਿਓ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਕੁਐਸਚਨ ਨੰਬਰ 5 ਦਿੱਤਾ ਹੋਇਆ ਜੀ ਪੰਜਾਬ ਰਾਜ ਆਪਣੀ ਸਰਹੱਦ ਕਿੰਨੇ ਰਾਜਾਂ ਨਾਲ ਸਾਂਝੀ ਕਰਦਾ ਹੈ ਤੁਹਾਡੇ ਕੋਲ 5 ਸੈਕਿੰਡ ਨੇ ਹਾਂਜੀ ਜੇਕਰ ਤੁਸੀਂ ਇਸ ਕੁਐਸਚਨ ਦਾ ਆਪਸ਼ਨ ਨੰਬਰ B ਚੁਣਦੇ ਹੋ 4 ਤਾਂ ਤੁਹਾਡਾ ਆਨਸਰ ਕਰੈਕਟ ਹੋ ਜਾਵੇਗਾ। ਹਾਂਜੀ ਪੰਜਾਬ ਉੱਤਰ ਵਿੱਚ ਜੰਮੂ ਕਸ਼ਮੀਰ ਨਾਲ, ਪੂਰਬ ਵਿੱਚ ਹਿਮਾਚਲ ਪ੍ਰਦੇਸ਼ ਨਾਲ, ਦੱਖਣ ਪੂਰਬ ਵਿੱਚ ਹਰਿਆਣਾ ਨਾਲ ਤੇ ਦੱਖਣ ਪੱਛਮ ਵਿੱਚ ਰਾਜਸਥਾਨ ਨਾਲ ਆਪਣੀ ਸੀਮਾ ਸਾਂਝੀ ਕਰਦਾ ਹੈ। ਨੈਕਸਟ ਕੁਐਸਚਨ ਵੱਲ ਚੱਲਦੇ ਹਾਂ। ਕੁਐਸਚਨ ਨੰਬਰ 6 ਦਿੱਤਾ ਹੈ ਜੀ ਪੰਜਾਬ ਰਾਜ ਦੇ ਪੂਰਬ ਵੱਲ ਕਿਸ ਰਾਜ ਨਾਲ ਸਰਹੱਦ ਲੱਗਦੀ ਹੈ? ਹਾਂਜੀ ਤੁਹਾਡੇ ਕੋਲ 5 ਸੈਕਿੰਡ ਦਾ ਸਮਾਂ ਹੈਗਾ। ਜਿਨ੍ਹਾਂ ਸਾਥੀਆਂ ਨੇ ਇਸ ਕੁਐਸਚਨ ਦਾ ਆਪਸ਼ਨ ਨੰਬਰ B ਚੁਣਿਆ ਹੈ ਹਿਮਾਚਲ ਪ੍ਰਦੇਸ਼ ਉਹਨਾਂ ਦਾ ਆਨਸਰ ਕਰੈਕਟ ਹੋ ਜਾਵੇਗਾ ਹਾਂਜੀ ਹੁਣੇ ਮੈਂ ਦੱਸਿਆ ਕਿ ਪੰਜਾਬ ਰਾਜ ਉੱਤਰ ਵਿੱਚ ਜੰਮੂ ਕਸ਼ਮੀਰ ਨਾਲ ਪੂਰਬ ਵਿੱਚ ਹਿਮਾਚਲ ਪ੍ਰਦੇਸ਼ ਨਾਲ ਦੱਖਣ ਪੂਰਬ ਵਿੱਚ ਹਰਿਆਣਾ ਨਾਲ ਤੇ ਦੱਖਣ ਪੱਛਮ ਵਿੱਚ ਰਾਜਸਥਾਨ ਨਾਲ ਆਪਣੀ ਸੀਮਾ ਸ਼ੇਅਰ ਕਰਦਾ ਹੈ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਕੁਐਸਚਨ ਨੰਬਰ 7 ਦਿੱਤਾ ਹੋਇਆ ਹੈ ਪੰਜਾਬ ਰਾਜ ਦਾ ਕੁੱਲ ਖੇਤਰਫਲ ਕਿੰਨਾ ਹੈ ਤੁਹਾਡੇ ਕੋਲ 5 ਸੈਕਿੰਡ ਦਾ ਸਮਾਂ ਹੈਗਾ ਜੀ ਇਸ ਕੁਐਸਚਨ ਨੂੰ ਸੋਲਵ ਕਰਨ ਦੇ ਲਈ ਹਾਂਜੀ ਜਿਨ੍ਹਾਂ ਸਾਥੀਆਂ ਨੇ ਇਸ ਕੁਐਸਚਨ ਦਾ ਆਪਸ਼ਨ ਨੰਬਰ A ਚੁਣਿਆ ਹੈ 50362 ਵਰਗ ਕਿਲੋਮੀਟਰ ਉਹਨਾਂ ਦਾ ਆਨਸਰ ਕਰੈਕਟ ਹੋ ਜਾਵੇਗਾ ਚਲਦੇ ਆਂ ਨੈਕਸਟ ਕੁਐਸਚਨ ਵੱਲ ਕੁਐਸਚਨ ਨੰਬਰ 8 ਦਿੱਤਾ ਹੋਇਆ ਜੀ ਪੰਜਾਬ ਰਾਜ ਦਾ ਖੇਤਰਫਲ ਭਾਰਤ ਦੇ ਕੁੱਲ ਪੰਗੋਲੀ ਖੇਤਰਫਲ ਦਾ ਲਗਭਗ ਡੈਸ਼ ਪ੍ਰਤੀਸ਼ਤ ਹੈ ਤੁਹਾਡੇ ਕੋਲ 5 ਸੈਕਿੰਡ ਦਾ ਸਮਾਂ ਹੈਗਾ ਜੀ ਕੁਐਸਚਨ ਫਿਰ ਤੋਂ ਰਿਪੀਟ ਕਰ ਦੇਣਾ ਪੰਜਾਬ ਰਾਜ ਦਾ ਖੇਤਰਫਲ ਭਾਰਤ ਦੇ ਕੁੱਲ ਪੰਗੋਲਿਕ ਖੇਤਰਫਲ ਦਾ ਡੈਸ਼ ਪਰਸੈਂਟ ਹੈ ਜੇਕਰ ਤੁਸੀਂ ਇਸ ਕੁਐਸਚਨ ਦਾ অপਸ਼ਨ ਨੰਬਰ ਬੀ ਚੁਣਦੇ ਹੋ 1.54% ਤਾਂ ਤੁਹਾਡਾ ਆਨਸਰ ਕਰੈਕਟ ਹੋ ਜਾਵੇਗਾ ਹਾਂਜੀ ਪੰਜਾਬ ਰਾਜ ਦਾ ਖੇਤਰਫਲ ਭਾਰਤ ਦੇ ਕੁੱਲ ਪੰਗੋਲਿਕ ਖੇਤਰਫਲ ਦਾ 1.54% ਹੈਗਾ ਨੈਕਸਟ ਕੁਐਸਚਨ ਵੱਲ ਚੱਲਦੇ ਆ ਆਪਣਾ ਨੈਕਸਟ ਕੁਐਸਚਨ ਦਿੱਤਾ ਹੋਇਆ ਜੀ ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚ ਜੰਗਲ ਸਭ ਤੋਂ ਜ਼ਿਆਦਾ ਹਨ ਤੁਹਾਡੇ ਕੋਲ 5 ਸੈਕਿੰਡ ਦਾ ਸਮਾਂ ਹੈਗਾ ਹਾਂਜੀ ਜਿੰਨਾ ਸਾਥਿਆ ਨੇ ਇਸ ਕੁਐਸਚਨ ਦਾ ਆਪਸ਼ਨ ਨੰਬਰ B ਚੁਣਿਆ ਹੈ ਉਸਿਆਰਪੁਰ ਉਹਨਾਂ ਦਾ ਆਨਸਰ ਕਰੈਕਟ ਹੋ ਜਾਵੇਗਾ ਹਾਂਜੀ ਪੰਜਾਬ ਦੇ ਹੁਸਿਆਰਪੁਰ ਜ਼ਿਲ੍ਹੇ ਵਿੱਚ ਸਭ ਤੋਂ ਜ਼ਿਆਦਾ ਜੰਗਲ ਪਾਏ ਜਾਂਦੇ ਹਨ ਚਲਦੇ ਹਾਂ ਨੈਕਸਟ ਕੁਐਸਚਨ ਵੱਲ ਹਾਂਜੀ ਫਰੈਂਡ ਵੀਡੀਓ ਦੇ ਐਂਡ ਵਿੱਚ ਤੁਸੀਂ ਆਪਣਾ ਸਕੋਰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਹੈ ਕਿ ਤੁਸੀਂ ਅੱਜ ਦੀ ਵੀਡੀਓ ਵਿੱਚ ਕਿੰਨਾ ਸਕੋਰ ਕੀਤਾ ਹੈ ਨੈਕਸਟ ਕੁਐਸਚਨ ਆਪਣਾ ਹੈਗਾ ਪੰਜਾਬ ਦਾ ਸਭ ਤੋਂ ਵੱਡਾ ਰਾਜ ਕਿਹੜਾ ਹੈਗਾ ਵੈਰੀ ਈਜ਼ੀ ਕੁਐਸਚਨ ਹੈਗਾ ਜੀ ਤੁਹਾਡੇ ਕੋਲ 5 ਸੈਕਿੰਡ ਦਾ ਸਮਾਂ ਹੈਗਾ ਇਸ ਕੁਐਸਚਨ ਨੂੰ ਸੋਲਵ ਕਰਨ ਦੇ ਲਈ ਹਾਂਜੀ ਕੁਐਸਚਨ ਹੈਗਾ ਜੀ ਭਾਰਤ ਦਾ ਸਭ ਤੋਂ ਵੱਡਾ ਰਾਜ ਕਿਹੜਾ ਹੈਗਾ ਤਾਂ ਇਸ ਕੁਐਸਚਨ ਦਾ ਆਪਸ਼ਨ ਨੰਬਰ ਸੀ ਆਪਣਾ ਕਰੈਕਟ ਹੋ ਜਾਵੇਗਾ ਰਾਜਸਥਾਨ ਜੇਕਰ ਪੁੱਛਿਆ ਜਾਵੇ ਸਭ ਤੋਂ ਛੋਟਾ ਤਾਂ ਹੋਵੇਗਾ ਜੀ ਗੋਆ ਚਲਦੇ ਆਂ ਨੈਕਸਟ ਕੁਐਸਚਨ ਵੱਲ ਨੈਕਸਟ ਕੁਐਸਚਨ ਆਪਣਾ ਦਿੱਤਾ ਹੋਇਆ ਹੈ ਪੰਜਾਬ ਦੀਆਂ ਪ੍ਰਮੁੱਖ ਨਦੀਆਂ ਹਨ ਚਾਰ ਆਪਸ਼ਨ ਦਿੱਤੇ ਹੋਏ ਨੇ ਫਸਟ ਹੈਗਾ ਜੀ ਸਤਲੁਜ ਰਾਵੀ ਬਿਆਸ ਸੈਕੰਡ ਆਪਸ਼ਨ ਹੈਗਾ ਗੰਗਾ ਯਮੁਨਾ ਸਰਸਵਤੀ ਥਰਡ ਆਪਸ਼ਨ ਹੈਗਾ ਜੀ ਸਤਲੁਜ ਚਨਾਬ ਤੇ ਜੇਹਲਮ ਤੇ 4ਥੇ ਦਿੱਤਾ ਹੈ ਬਿਆਸ ਤੇ ਰਾਵੀ ਹਾਂਜੀ ਤੁਸੀਂ ਦੱਸਣਾ ਹੈ ਪੰਜਾਬ ਦੀਆਂ ਪ੍ਰਮੁੱਖ ਨਦੀਆਂ ਕਿਹੜੀਆਂ ਹਨ ਹਾਂਜੀ ਜਿੰਨਾ ਸਾਥੀਆਂ ਨੇ ਇਸ ਕੁਸ਼ਣ ਦਾ অপਸ਼ਨ ਨੰਬਰ A ਚੁਣਿਆ ਸਤਲੁਜ ਰਾਵੀ ਬਿਆਸ ਉਹਨਾਂ ਦਾ ਆਨਸਰ ਕਰੈਕਟ ਹੋ ਜਾਵੇਗਾ ਹਾਂਜੀ ਪੰਜਾਬ ਦੀਆਂ ਪ੍ਰਮੁੱਖ ਨਦੀਆਂ ਹਨ ਸਤਲੁਜ ਰਾਵੀ ਬਿਆਸ ਹਾਂਜੀ ਫਰੈਂਡ ਅੱਜ ਦੀ ਵੀਡੀਓ ਦੇ ਲਾਸਟ ਕੁਸ਼ਣ ਵੱਲ ਚੱਲਦੇ ਹਾਂ ਆਪਣਾ ਲਾਸਟ ਕੁਐਸਚਨ ਦਿੱਤਾ ਹੋਇਆ ਹੈ ਰਣਜੀਤ ਸਾਗਰ ਡੈਮ ਜਿਹੜਾ ਕਿ ਪੰਜਾਬ ਦਾ ਸਭ ਤੋਂ ਵੱਡਾ ਡੈਮ ਹੈ ਇਹ ਕਿਸ ਨਦੀ ਦੇ ਪਾਣੀਆਂ ਉੱਪਰ ਬਣਿਆ ਹੋਇਆ ਹੈ ਚਾਰ ਆਪਸ਼ਨ ਨੇ ਫਸਟ ਹੈ ਜੀ ਸਤਲੁਜ ਸੈਕੰਡ ਆਪਸ਼ਨ ਹੈਗਾ ਬਿਆਸ ਥਰਡ ਆਪਸ਼ਨ ਹੈਗਾ ਜੀ ਰਾਵੀ ਤੇ ਫੋਰਥ ਹੈਗਾ ਜੇਲਮ ਹਾਂਜੀ ਫਰੈਂਡ ਇਸ ਕੁਐਸਚਨ ਦਾ ਆਨਸਰ ਤੁਸੀਂ ਕਮੈਂਟ ਬਾਕਸ ਵਿੱਚ ਦੱਸਣਾ ਹੈ ਫਿਰ ਤੋਂ ਰਿਪੀਟ ਕਰ ਦਿੰਦੇ ਆ ਕੁਐਸਚਨ ਰਣਜੀਤ ਸਾਗਰ ਡੈਮ ਜਿਹੜਾ ਕਿ ਪੰਜਾਬ ਦਾ ਸਭ ਤੋਂ ਵੱਡਾ ਡੈਮ ਹੈ ਇਹ ਕਿਸ ਨਦੀ ਦੇ ਪਾਣੀਆਂ ਉੱਪਰ ਬਣਿਆ ਹੋਇਆ ਹੈ ਚਾਰ অপਸ਼ਨ ਦਿੱਤੇ ਹੋਏ ਨੇ ਸਤਲੁਜ ਬਿਆਸ ਰਾਵੀ ਤੇ ਹਾਂਜੀ ਫਰੈਂਡ ਅੱਜ ਦੀ ਵੀਡੀਓ ਨੂੰ ਇੱਥੇ ਸਮਾਪਤ ਕਰਦੇ ਆ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਜਿਆਦਾ ਤੋਂ ਜਿਆਦਾ ਆਪਣੇ ਸਾਥੀਆਂ ਦੇ ਨਾਲ ਵੀਡੀਓ ਨੂੰ ਸ਼ੇਅਰ ਕਰਿਓ ਹਾਂਜੀ ਫਰੈਂਡ ਅੱਜ ਦੀ ਵੀਡੀਓ ਦੀ ਪੀਡੀਐਫ ਤੁਸੀਂ ਸਾਡੇ ਟੈਲੀਗ੍ਰਾਮ ਚੈਨਲ ਤੋਂ ਡਾਊਨਲੋਡ ਕਰ ਸਕਦੇ ਹੋ ਉਸ ਦਾ ਲਿੰਕ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕ ਵਿੱਚ ਮਿਲ ਜੇਗਾ ਜੇਕਰ ਤੁਹਾਨੂੰ ਉੱਥੋਂ ਲਿੰਕ ਓਪਨ ਕਰਨ 'ਚ ਕੋਈ ਪ੍ਰੋਬਲਮ ਆ ਰਹੀ ਹੈ ਤਾਂ ਤੁਸੀਂ ਚੈਨਲ ਵਿੱਚ ਜਾ ਕੇ ਐਂਡ ਵਿੱਚ ਤੁਸੀਂ ਅਬਾਊਟ ਵੇਖੋਗੇ ਉਸ ਵਿੱਚ ਤੁਹਾਨੂੰ ਟੈਲੀਗ੍ਰਾਮ ਦਾ ਲਿੰਕ ਮਿਲ ਜੇਗਾ ਉੱਥੋਂ ਜਾ ਕੇ ਵੀ ਤੁਸੀਂ ਟੈਲੀਗ੍ਰਾਮ 'ਚ ਵਿਜ਼ਿਟ ਕਰਕੇ ਤੇ ਪੀਡੀਐਫ ਡਾਊਨਲੋਡ ਕਰ ਸਕਦੇ ਹੋ ਹਾਂਜੀ ਫਰੈਂਡ ਮਿਲਦੇ ਹਾਂ ਨੈਕਸਟ ਵੀਡੀਓ 'ਚ ਉਦੋਂ ਤੱਕ ਦੇ ਲਈ ਟੇਕ ਕੇਅਰ